ਪ੍ਰਧਾਨਮੰਤਰੀ ਜਸਟਿਨ ਟਰੂਡੋ ਆਪਣੇ 8 ਦਿਨਾਂ ਸਰਕਾਰੀ ਭਾਰਤ ਫੇਰੀ ਲਈ 16 ਫਰਵਰੀ ਨੂੰ ਓਟਾਵਾ ਤੋਂ ਰਵਾਨਾ ਹੋਣਗੇ। ਉਹਨਾਂ ਦਾ ਜਹਾਜ਼ ਦੁਪਹਿਰ 12 ਵਜੇ ਉਡਾਨ ਭਰੇਗਾ ਤੇ ਅਗਲੇ ਦਿਨ ਦਿੱਲੀ ਪੁੱਜੇਗਾ, ਜਿੱਥੇ 18 ਫਰਵਰੀ ਨੂੰ ਟਰੂਡੋ ਆਗਰਾ ਵਿਖੇ ਤਾਜ ਮਹਿਲ ਦੇਖਣਗੇ ਤੇ 19 ਫਰਵਰੀ ਨੂੰ ਉਹ ਅਹਿਮਦਾਬਾਦ ਜਾਣਗੇ, ਜਿੱਥੋਂ 20 ਫਰਵਰੀ ਨੂੰ ਮੁੰਬਈ ਜਾਣ ਦਾ ਪ੍ਰੋਗਰਾਮ ਤੈਅ ਹੋਇਆ ਹੈ। ਅਗਲੇ ਦਿਨ 21 ਫਰਵਰੀ ਨੂੰ ਉਹ ਆਪਣੇ ਕਾਫਲੇ ਸਮੇਤ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਪੁੱਜਣਗੇ ਤੇ ਉਸੇ ਹੀ ਦਿਨ ਦਿੱਲੀ ਪਰਤ ਆਉਣਗੇ। ਫਿਰ ਉਹ ਦਿੱਲੀ ਵਿਖੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨਗੇ। 24 ਫਰਵਰੀ ਨੂੰ ਰਾਤ ਸਮੇਂ ਉਹ ਦਿੱਲੀ ਤੋਂ ਰਵਾਨਾ ਹੋ ਜਾਣਗੇ ਤੇ 25 ਨੂੰ ਤੜਕਸਰ ਉਹਨਾਂ ਦਾ ਜਹਾਜ਼ ਓਟਾਵਾ ਵਿਖੇ ਪੁੱਜ ਜਾਵੇਗਾ। ਕੈਨੇਡੀਅਨ ਪ੍ਰਾਈਮ ਮਿਨਿਸਟਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 'ਚ ਸ਼ਰਧਾ ਸਤਿਕਾਰ ਭੇਟ ਕਰਨ ਲਈ ਆ ਰਹੇ ਨੇ। ਪਹਿਲਾਂ ਵੀ ਕੈਨੇਡਾ ਦੇ 2 ਪ੍ਰਾਈਮ ਮਿਨਿਸਟਰ ਜਿਹੜੇ ਨੇ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰ ਚੁੱਕੇ ਨੇ। ਇਹ ਤੀਸਰਾ ਪ੍ਰਾਈਮ ਮਿਨਿਸਟਰ ਆ ਜਿਹੜਾ ਪਰਿਵਾਰ ਸਮੇਤ ਦਰਸ਼ਨ ਕਰਨ ਲਈ ਆ ਰਿਹਾ। ਇਹਦੇ ਨਾਲ ਉੱਥੋਂ ਦੇ ਖਾਸ ਕਰਕੇ ਸਿੱਖ ਮਿਨਿਸਟਰ ਅਤੇ MP ਆਉਣ ਦੀ ਵੀ ਸੰਭਾਵਨਾ ਹੈਗੀ ਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਧਾਨ ਸਾਹਿਬ ਵੱਲੋਂ ਹੋਏ ਦੇਸ਼ਾਂ ਅਨੁਸਾਰ ਅਸੀਂ ਪੰਥਕ ਰਵਾਇਤਾਂ ਅਨੁਸਾਰ ਸ਼੍ਰੋਮਣੀ ਕਮੇਟੀ ਦੀ ਟ੍ਰੈਡੀਸ਼ਨ ਅਨੁਸਾਰ ਅਸੀਂ ਉਹਨਾਂ ਦਾ ਭਰਵਾਂ ਸਵਾਗਤ ਕਰਾਂਗੇ। ਪ੍ਰਾਈਮ ਮਿਨਿਸਟਰ ਦੇ ਜੀ ਆਇਆਂ ਕਹਿਣ ਲਈ ਪ੍ਰਧਾਨ ਸਾਹਿਬ ਖੁਦ ਆਉਣਗੇ, ਉਹਨਾਂ ਨੂੰ ਜੀ ਆਇਆਂ ਕਹਿਣਗੇ, ਉਸ ਤੋਂ ਉਪਰੰਤ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨਗੇ। ਸੰਭਾਵਨਾ ਕਿ ਉਹ ਗੁਰੂ ਰਾਮਦਾਸ ਜੀ ਦੇ ਲੰਗਰ ਦੇ ਵਿੱਚ ਵੀ ਜਾਣਗੇ ਅਤੇ ਉੱਥੇ ਪ੍ਰਸ਼ਾਦਾ ਛਕਣ ਜਾਂ ਸੇਵਾ ਕਰਨ, ਇਹ ਉਹਨਾਂ ਦੀ ਇੱਛਾ 'ਤੇ ਨਿਰਭਰ ਹੋਏਗਾ।